कितने बज गए जुगनू भाई? साढ़े आठ बजे देखना। वाहेगुरु जी का खालसा वाहेगुरु जी की फतेह। ਉਹ ਬੱਲੇ ਭੰਗੜਾ ਕੋਚ। ਭਰਾਵਾ ਹੁਣੇ ਤੂੰ ਇੰਨਾ ਸੌਂ ਕੇ ਆਇਆ ਫੇਰ ਦੱਸ ਭਾਈ ਮੈਂ ਬੜਾ ਘੱਟ ਸੁਸਤੀ ਪਾ ਦੇਗਾ ਸਾਰਿਆਂ ਨੂੰ। ਕਿੰਨੇ ਤੇਰੇ ਕੋਲ ਬੈਠੇ ਵੇ ਭਾਬੀ ਨੀਂਦ ਨਹੀਂ ਆਉਂਦੀ। ਸ਼ੂਟ ਦੀ ਲੋਕੇਸ਼ਨ ਤੇ ਭਾਬੀ ਜੀ ਡਾਇਰੈਕਟਰ ਸਾਹਿਬ ਡਾਇਰੈਕਟਰ ਤਾਂ ਰੋਇਆ ਪਿਆ ਇਹਦੇ ਪਾਰ ਸੁੱਤੇ ਹੋ ਜਾਣੇ ਉਹ ਦੇਖ ਕੇ ਡਾਇਰੈਕਟਰ ਦਾ ਰੋਇਆ ਪਿਆ ਉਹ ਜੈਕਟ ਦੇਖਦਾ ਡਾਇਰੈਕਟਰ ਸਾਹਿਬ ਬਸ ਬਣਾਉਣ ਡਏ ਜੇ ਬਹੁਤ ਵਧੀਆ ਮੇਕਿੰਗ ਬਣਾਉਣ ਡਏ ਜੇ ਪਰ ਬਸ ਇੱਕੋ ਹੀ ਕਮੀ ਆ ਵੀ ਨਾ ਕੇ ਨਹੀਂ ਆਇਆ। ਸੋ ਭਾਬੀ ਜੀ ਗੁਪਤ ਆ ਵੇਖ ਲੋ ਕੱਚਾ ਨਾ ਕਰੋ ਬੰਦੇ ਨੂੰ ਨਾਲ ਹੁੰਦੀ ਸੈੱਟ ਤੇ ਸਾਡੇ ਨਾਲ ਹੁੰਦੀ। ਓਏ ਹੋਏ ਯਾਰ ਖੋਲ ਦਿਓ ਦਿਲ ਦੀਆਂ ਗੱਲਾਂ। ਬਸ ਕੀ ਚੱਕਰ ਕੀ ਪੈ ਗਿਆ ਜਿੰਨ ਸੈਡ ਕਿਉਂ ਸੈਡ ਦੀ ਬਾਈ ਮੈਂ એનર્ਜੀ ਬਚਾ ਰਿਹਾ ਮੈਂ ਆਪਣੀ। ਅੱਛਾ ਤਾਂ ਕੀਤਾ ਹੋਇਆ ਜਦੋਂ ਸ਼ੂਟ ਹੋਊਗਾ ਉਦੋਂ ਚਾਰਜ ਹੋ ਜੂਗਾ ਇਹ। ਬਹੁਤ ਸ਼ੂਟ ਚੱਲ ਰਿਹਾ ਹੈ ਆ ਦੇਖੋ ਸਾਰਾ ਪਿੱਛੇ ਤਾਂਜਾ। ਬਿਲਕੁਲ ਬਿਲਕੁਲ ਮਹਾਰਾਜ ਤੁਹਾਡੀ ਤਿਆਰੀ ਬਹੁਤ ਕਿਰਪਾ ਸਾਡੇ ਤੇ ਫੋਕਸ ਫੁੱਲ ਰੱਖੇ। ਖਾਏਗਾ ਹਲੇ ਤਿੰਨ ਹੋਏ ਨੇ ਹਲੇ ਹੋਰ ਵੇਚਦੇ ਆ ਰੋਟੀ ਵਧੀਆ ਵਾ। ਮਿੰਟ ਦੇ ਇੰਨੇ ਡੇ ਵਰਿੰਦਰ ਭਾਈ ਨੇ ਕਿਹਾ ਵੀ ਰੋਟੀ ਦੋ ਯਾਰ ਇਹਨੂੰ ਮਸਾਂ ਤਰਲੇ ਤੁਰਲੇ ਮਾਰ ਕੇ ਰੋਟੀ ਮੰਗਾਈਏ। ਹੁਣ ਬਸ ਮੈਨੂੰ ਘੜੀ ਲਾ ਲੈਂਦੇ ਘਰ ਦੀ ਪ੍ਰੋਡਕਸ਼ਨ ਹੋ ਕੇ ਵੀ ਤਰਲੇ ਕਰਨੇ ਪੈ ਰਹੇ ਨੇ। ਤਰਲੇ ਕਰਨੇ ਪੈਣੇ ਮੇਰੇ ਵੱਲ ਧਿਆਨ ਹੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਮੈਂ ਕੋਚ ਨਹੀਂ ਹੈਗਾ। ਬਾਥਰੂਮ ਸੀ ਇਹ ਵੀਰੇ ਰੂਮ ਨਹੀਂ ਸੀਗਾ ਜਿਹੜਾ ਤੂੰ ਸੌਂ ਹੀ ਗਿਆ ਸੀ। ਐਸਟੀਡੀ ਪੁੱਛੀ ਹੋ ਭਾਈ ਸਰ ਲਾ ਕੇ ਸੌ ਗਏ ਜਾਂਦੇ। ਪਹਿਲੀ ਗੱਲ ਇਹ ਦੱਸੋ ਬਥੇਰੇ ਮੈਨੂੰ ਤੁਸੀਂ ਜਲੀਲ ਕਰ ਲਿਆ ਪੱਗ ਵਾਲਾ ਮੁੰਡਾ। ਕਨਸਲ ਡੀਐਮ ਮੇਰੀ ਇੰਸਟਾ ਆਈਡੀ ਹੈ ਡੀਐਮ ਮੈਨੂੰ ਦੀਪਕ ਮੋਹਨ ਟੈਪ ਵੀ ਕਰ ਸਕਦੇ ਹੋ। ਸਾਰਾ ਕੁਝ ਇਕੱਠਾ ਹੀ ਹੈ ਤੇ ਬਾਕੀ ਆ ਸੈੱਟ ਦਾ ਹੋਗਾ ਨਾ ਇੱਕ ਕੰਮ ਜਾ। ਚਲੋ ਪੈਸੇ ਕਰੋ ਕਲੋਜ਼ ਕਰੋ ਬੈਕ ਸਾਈਡ ਟੇਕ ਸੈਲ। ਚਲੋ ਨੱਚ ਕੇ ਦਿਖਾਉਂ ਇੱਕ ਬਾਤ ਹੈ ਨੱਚਾਂ ਇੱਥੋਂ ਪਤਾ ਲੱਗ ਜਾਂਦਾ ਹੁਣ ਵੀ ਸੀਰੀਅਸ ਨਹੀਂ ਹੈਗਾ ਕੈਮਰੇ 'ਚ। ਇਹ ਜਿਹੜਾ ਹੈ ਨਾ ਡਾਂਸ ਇਹ ਨਿਆਣੇ ਜਾਂ ਕੋਈ ਵੀ ਬੰਦਾ ਘਰੇ ਇਕੱਲਾ ਟਰਾਈ ਨਾ ਕਰੇ। ਦੋ 1 2 3 साड़ियाँ डांस क्लासेस लग रही हैं ते मेरे लाके च कंडियां पै गईयां। सिर्फ चाह बिस्किट खांदा नहीं जी नहीं मैं बोल दिया चल सुना फिर सुनाई check the mic and make sure it sound right, boys. सुन चुके होवोगे तो गाना सुनने ली रेड पे करते जाओ तो चैनल सब्सक्राइब करो लाइक शेयर कमेंट सारा कुछ कर दो जो भी होगा पहले ही भाई तक हाँ ये भाई अपनी तोड़ के पिछले भी डालना It sound right, boy. अच्छा म्यूजिक डायरेक्टर आ रहे हैं हां ओके इन्हें लाया ये बिगाड़ रहे हैं सारियां नु इन्हें बिगाड़े सारे फिर तो चल भी नहीं रही जो बिगाड़े हैं फाइनल डे मैन थके पे हैं पर फिर भी एनर्जेटिक हो गए पहले वाले दिन ते अज वाले दिन च बहुत ज्यादा एनर्जी लेवल दा फर्क आ लाइन से आगे इस लाइन से आगे आप लोगों की जो पोजीशन है ठीक है भाई हाँ आगे बनाओ इधर से इसको चक्के लेके आए ठीक है ना 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 तुम अटक के तो दीदा मेरा लक हुलारा खा जांदा है